ਸਾਥ ਦੇਣ ਵਾਲੇ ਤੁਹਾਡੇ ਪਿੱਛੋਂ ਮੁਰਦਾਬਾਦ, ਕਲੌਰੀ ਥਾਣੇ ਦਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ। ਪਿੰਡ ਠਸਕਾ ਦੇ ਵਾਟਰ ਵਰਕਸ ਵਿੱਚ ਲੱਗ ਰਹੇ ਨਵੇਂ ਬੋਰ ਵਿੱਚ ਵਾਟਰ ਸਪਲਾਈ ਵਿਭਾਗ ਵੱਲੋਂ ਪਾਏ ਗਏ ਗੋਹਾ ਗੰਦਗੀ ਸੁੱਟਣ ਦੇ ਵਿਰੋਧ ਵਿੱਚ ਪਿਛਲੇ 26 ਤਰੀਕ ਤੋਂ ਵਾਟਰ ਵਰਕਸ ਵਿੱਚ ਲਗਾਤਾਰ ਧਰਨਾ ਚੱਲ ਰਿਹਾ। ਗੋਹਾ ਸੁੱਟਣ ਵਾਲੇ ਅਧਿਕਾਰੀਆਂ ਤੇ ਪੁਲਿਸ ਥਾਣਾ ਵਿਖੇ 28 ਤਰੀਕ ਨੂੰ ਰਿਪੋਰਟ ਦਰਜ ਕਰਵਾਈ ਸੀ, ਪਰ ਖਨੌਰੀ ਥਾਣਾ ਦੇ SHO ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਮੁਣਕ ਵੱਲੋਂ ਖਨੌਰੀ ਥਾਣੇ ਅੱਗੇ ਇੱਕ ਦਿਨ ਦਾ ਸੰਕੇਤਕ ਧਰਨਾ ਦਿੱਤਾ ਗਿਆ। ਕੀ ਨਾਮ ਹੈ ਤੁਹਾਡਾ? ਕਿਹੜਾ ਗੱਲ? ਨਾਮ ਰਾਮਰੂਪ ਸਿੰਘ ਹੈ ਜੀ, ਠਸਕਾ। ਕੀ ਗੱਲਬਾਤ ਤੁਹਾਡੇ ਅੱਜ ਥਾਣੇ ਅੱਗੇ ਧਰਨਾ ਲਗਾਇਆ? ਸਰ, ਜਿਹੜਾ ਇਹ ਮਸਲਾ ਹੈ ਵਾਟਰ ਵਰਕਸ ਦਾ ਮਸਲਾ ਹੈ, ਇਹ ਇੰਨਾ ਮਸਲਾ ਵਧਣਾ ਨਹੀਂ ਚਾਹੀਦਾ ਸੀ, ਕਿਉਂਕਿ ਇਹ ਮਸਲਾ ਜਿਹੜਾ ਉਲਝਿਆ ਹੈ। ਕਾਰਨ ਕੀ ਹੈ? ਸ਼ਾਸਨ ਪ੍ਰਸ਼ਾਸਨ ਦੀ ਢਿੱਲ ਦੇ ਕਾਰਨ ਹੀ ਇਹ ਮਸਲਾ ਇੰਨਾ ਉਲਝਿਆ। ਦੇਖੋ, ਅਸੀਂ ਪਿੰਡ ਠਸਕੇ ਵੱਲੋਂ 26 ਤਰੀਕ ਤੋਂ ਅਸੀਂ ਧਰਨਾ ਲਾਈ ਬੈਠੇ ਹਾਂ, ਪਰ ਅੱਜ ਤੱਕ SDO ਐਕਸ਼ਨ ਉੱਥੇ ਪਹੁੰਚ ਵੀ ਗਏ, ਪਰ ਸਾਨੂੰ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਸੀ। ਔਰ ਜਿਹੜਾ ਸਾਡਾ ਵਿਸ਼ਵਾਸ ਹੈ, ਉਹ ਵੀ ਸਾਨੂੰ ਕਾਰਨ ਕੀ ਹੈ? ਇੱਕੋ ਇੱਕ ਕਾਰਨ ਹੈ ਕਿ ਉੱਥੇ 6-7 ਦਿਨ ਹੋ ਗਏ ਜੀ, ਜਿਹੜਾ ਪਾਣੀ ਹੈ ਸਾਨੂੰ ਸ਼ੁੱਧ ਪਾਣੀ ਨਹੀਂ ਮਿਲ ਰਿਹਾ, ਔਰ ਜਿਹੜਾ ਨਹਿਰ ਦਾ ਪਾਣੀ ਆ ਉਹ ਵੀ ਬਿਲਕੁਲ ਥੱਲੇ ਚਲੇ ਗਿਆ। ਔਰ ਜਿਹੜੀ ਸਾਨੂੰ ਪ੍ਰੋਬਲਮ ਹੈ, ਜਿਹੜਾ ਗੋਹਾ ਪਾ ਕੇ ਪਾਣੀ ਨੂੰ ਦੂਸ਼ਿਤ ਕੀਤਾ ਗਿਆ, ਉਹ ਪਾਣੀ ਵੀ ਅੱਜ ਟੈਂਕੀਆਂ ਦੇ ਵਿੱਚ ਮੁਸ਼ਕ ਮਾਰ ਰਹੀ ਹੈ, ਔਰ ਪ੍ਰਸ਼ਾਸਨ ਸ਼ਾਸਨ ਦਾ ਕੋਈ ਇੱਧਰ ਧਿਆਨ ਨਹੀਂ। ਅਸੀਂ SDO ਔਰ ਐਕਸ਼ਨ ਨੂੰ ਵੀ ਕਹਿ ਚੁੱਕੇ ਹਾਂ, ਔਰ ਅਸੀਂ ਡਿਪਟੀ ਸਾਹਿਬ ਨੂੰ ਵੀ ਮਿਲੇ ਸੀ, ਇੱਥੇ SHO ਸਾਹਿਬ ਖਨੌਰੀ ਨੂੰ ਵੀ ਮਿਲੇ ਸੀ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਤੁਹਾਡਾ ਮਸਲਾ ਜਲਦੀ ਹੀ ਅਸੀਂ ਸੁਲਝਾ ਦਾਂਗੇ, ਕੋਈ ਗੱਲ ਨਹੀਂ। ਅਤੇ ਅਸੀਂ ਸਾਰੇ ਜਿੰਨੇ ਵੀ ਠਸਕੇ ਦੇ ਜਿੰਨੇ ਵੀ ਕਿਸਾਨ ਭਰਾ ਔਰ ਮਜ਼ਦੂਰ ਸਾਰੇ ਇਕੱਠੇ ਹੋ ਕੇ ਆਏ ਸੀ, ਮਜ਼ਬੂਰ ਹੁੰਦੇ ਨੇ, ਉਹਨਾਂ ਨੂੰ ਧਰਨਿਆਂ ਦੇ ਉੱਪਰ ਆਉਣਾ ਪੈਂਦਾ। ਪਾਣੀ ਨਾਲ ਕਿੰਨੇ ਕਿੰਨੇ ਵਿਅਕਤੀ ਬਿਮਾਰ ਹੋਏ ਨੇ? ਸਰ, ਪਤਾ ਕੀ ਹੋਇਆ, ਜਦੋਂ ਉਹਨਾਂ ਨੇ ਪਾਣੀ ਛੱਡਿਆ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਗੰਦਾ ਪਾਣੀ ਆ ਰਿਹਾ। ਅਲਰਟ ਹੋ ਗਏ ਲੋਕ, ਲੋਕਾਂ ਨੇ ਕਿਹਾ ਪਾਣੀ ਨਹੀਂ ਪੀਣਾ, ਸਾਰੀਆਂ ਬੀਬੀਆਂ ਭੈਣਾਂ ਕਹਿਣ ਲੱਗੀਆਂ ਪਾਣੀ ਨਹੀਂ ਪੀਣਾ। ਅਸੀਂ ਪਾਣੀ ਬਿਲਕੁਲ ਬੰਦ ਕਰਤਾ ਜੀ ਪੀਣਾ, ਅਤੇ ਕਿਸੇ ਨੇ ਪਾਣੀ ਨਹੀਂ ਪੀਤਾ। ਪਰ ਅਗਰ ਜੇ ਉਹ ਪਾਣੀ ਪੀਤਾ ਜਾਂਦਾ, ਸ਼ਾਇਦ ਉਹ ਜ਼ਹਿਰ ਦੇ ਬਰਾਬਰ ਸੀ, ਹੋ ਸਕਦਾ ਬਿਮਾਰ ਵੀ ਹੋ ਸਕਦੇ ਸੀ। ਪਰ ਗੱਲ ਇਹ ਆਉਂਦੀ ਹੈ, ਇੱਥੇ ਖੜੀ ਹੁੰਦੀ ਹੈ ਗੱਲ, ਕੁਛ ਨਹੀਂ, ਪਾਣੀ ਦਾ ਜਿਹੜਾ ਮਸਲਾ ਇਹ 2 ਘੰਟਿਆਂ ਦੇ ਵਿੱਚ ਵੀ ਮਸਲਾ ਸੁਲਝ ਸਕਦਾ ਸੀ। ਪਰ ਕਾਰਨ ਕੀ ਹੈ ਕਿ ਸਰਕਾਰ ਦੀ ਜਿਹੜੀ ਨੀਂਦ ਹੈ ਉਹ ਸਰਕਾਰ ਸੁੱਤੀ ਵੀ ਹੈ, ਜਿਵੇਂ ਗੋਇਲ ਜੀ ਨੇ, ਸਾਡੇ ਵਿਧਾਇਕ ਨੇ, MLA ਸਾਹਿਬ ਨੇ, ਉਹਨਾਂ ਦੇ ਹੱਥ ਦੇ ਵਿੱਚ ਦੇਖੋ ਅੱਜ ਸਾਰਾ ਕੁਛ ਹੈ। ਅਗਰ ਜੇ ਚਾਹੁੰਦੇ ਤਾਂ ਇਹ ਠਸਕੇ ਦਾ ਮਸਲਾ ਬਹੁਤ ਜਲਦੀ ਨਿਬੜ ਸਕਦਾ ਸੀ। ਔਰ ਜਿਹੜੀ ਕਿਸਾਨ ਉਗਰਾਹਾਂ ਏਕਤਾ ਹਲਕਾ ਲਹਿਰਾ ਵੱਲੋਂ ਜਿਹੜੇ ਸਾਥੀ ਸਾਡੇ ਇਹ ਆਏ ਨੇ, ਸਾਡਾ ਸਾਥ ਦੇ ਰਹੇ ਨੇ, ਇਹਨਾਂ ਨੂੰ ਪਤਾ ਲੱਗ ਗਿਆ ਕਿ ਠਸਕੇ ਦੇ ਵਿੱਚ ਪਾਣੀ ਦਾ ਮਸਲਾ, ਜਿਹੜਾ ਟੈਂਕੀ ਦਾ ਮਸਲਾ, ਉਹ ਕਾਫੀ ਉਲਝਿਆ ਹੋਇਆ। ਇਸ ਕਰਕੇ ਉਹਨਾਂ ਨੇ ਸਾਨੂੰ ਸਾਥ ਦਿੱਤਾ, ਔਰ ਜਿਹੜੀ ਮੂਵਮੈਂਟ ਹੈ ਇਹ, ਜਿਹੜੀ ਇਹ ਧਰਨੇ ਦੀ ਜਿਹੜੀ ਜੋ ਵੀ ਕਾਰਵਾਈ ਕਰ ਰਹੇ ਨੇ, ਇਹ ਉਗਰਾਹਾਂ ਏਕਤਾ ਵੱਲੋਂ ਕਰ ਰਹੇ ਹਾਂ, ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਸਾਨੂੰ ਜਿਹੜਾ ਇਹ ਅਗਲੀ ਕਾਰਵਾਈ ਹੈ ਜਿਹੜੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਔਰ ਸਾਨੂੰ ਡੂੰਘਾ ਪਾਣੀ ਔਰ ਵਧੀਆ ਤੋਂ ਵਧੀਆ ਡੂੰਘਾ ਪਾਣੀ ਸਾਨੂੰ ਮਿਲ ਜਾਵੇ। ਬਸ ਗੱਲਾਂ 2 ਨੇ, ਕਿਉਂਕਿ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਜਾਵੇ, ਔਰ ਸਾਨੂੰ ਪਾਣੀ ਮਿਲਣਾ ਚਾਹੀਦਾ। ਉਸ ਤੋਂ ਬਾਅਦ ਇਹ ਲੋਕ, ਕੀ ਨਾਮ ਹੈ ਤੁਹਾਡਾ, ਕਿਹੜਾ ਪਿੰਡ ਹੈ?
ਸਾਡਾ ਮੇਰਾ ਨਾਮ ਰਾਜਵਾਲ ਹੈ ਜੀ, ਸਾਡਾ ਪਿੰਡ ਠਸਕਾ ਹੈ ਜੀ। ਕੀ ਮਾਮਲਾ ਜਿਹੜਾ ਤੁਹਾਡੇ ਕੋਈ ਜਥੇਬੰਦੀ ਵੱਲੋਂ ਖਨੌਰੀ ਥਾਣੇ ਅੱਗੇ ਧਰਨਾ ਦਿੱਤਾ ਹੈ ਜੀ? ਪਾਣੀ ਦਾ ਮਾਮਲਾ ਹੈ, 10 ਦਿਨ ਹੋ ਗਏ ਸਾਡੇ ਪਿੰਡ ਪਾਣੀ ਨਹੀਂ ਆਉਂਦਾ ਹੈਗਾ, ਤੇ ਸਾਰੇ ਪਰੇਸ਼ਾਨ ਹੋ ਰਹੇ ਨੇ ਸਾਰੇ ਪਿੰਡ ਵਾਲੇ ਵੀ ਪਾਣੀ, ਨਾ ਤਾਂ ਪੀਣ ਨੂੰ ਪਾਣੀ ਹੈਗਾ ਨਾ ਪਸ਼ੂਆਂ ਨੂੰ ਪਾਣੀ ਹੈਗਾ, ਤੇ ਅਸੀਂ ਸਾਰੇ ਪਰੇਸ਼ਾਨ ਹੋ ਰਹੇ ਹਾਂ। ਅਸੀਂ ਦੂਸਰੇ ਪਿੰਡ ਚੋਂ ਪਾਣੀ ਲੈ ਕੇ ਆਉਂਦੇ ਪੀਣ ਵਾਲਾ, ਤੇ ਨਹਿਰ ਵੀ ਇਹਨਾਂ ਨੇ ਜਾਣ ਕਰਕੇ ਸੁਕਾਤੀ, ਤੇ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ। ਅਸੀਂ 26 ਤਰੀਕ ਤੋਂ ਅਸੀਂ ਧਰਨੇ ਤੇ ਬੈਠੇ ਹਾਂ ਵਾਟਰ ਸਪਲਾਈ 'ਚ, ਤੇ ਸਾਡੀ ਕੋਈ ਪ੍ਰਸ਼ਾਸਨ ਸੁਣਵਾਈ ਨਹੀਂ ਕਰ ਰਿਹਾ ਹੈਗਾ। ਵਾਟਰ ਸਪਲਾਈ ਵਾਲੇ ਪਾਣੀ 'ਚ ਕੀ ਪ੍ਰੋਬਲਮ ਆਈ ਹੈ? ਪਹਿਲਾਂ ਤਾਂ ਸਾਡਾ ਬੋਰ ਸਹੀ ਸੀ, ਇਹਨਾਂ ਨੇ ਜ਼ਬਰਦਸਤੀ ਬੋਰ ਲਾਇਆ, ਬੋਰ 'ਚ ਰੂੜੀ ਦੀ ਖਾਦ ਪਾਈ ਹੈ ਇਹਨਾਂ ਨੇ ਵੀ ਪਿੰਡ ਵਾਸੀ ਜ਼ਿਆਦਾ ਬਿਮਾਰ ਹੋਣ ਤਾਂ ਕਿ ਮਰ ਜਾਣ, ਇਸ ਨਾਲੋਂ ਇਹਨਾਂ ਨੇ ਰੂੜੀ ਦੀ ਖਾਦ ਪਾਈ ਹੈ ਅਤੇ ਜ਼ਹਿਰੀਲਾ ਪਾਣੀ ਕਰਤਾ, ਅਤੇ ਉਹ ਦੂਸ਼ਿਤ ਪਾਣੀ ਅਸੀਂ ਪੀਆ ਨਹੀਂ ਹੈਗਾ, ਅਸੀਂ ਦੇਖ ਲਿਆ, ਅਤੇ ਇਹਨਾਂ ਨੇ ਫਿਰ ਦਵਾਈ ਪਾਈ ਉਹਦੇ 'ਚ, ਦਵਾਈ ਪਾ ਕੇ ਇਹਨਾਂ ਨੇ ਫਿਰ ਟੈਸਟ ਵਾਸਤੇ ਸੈਂਪਲ ਵਾਸਤੇ ਫੂਡ ਸਪਲਾਈ ਵਾਲੇ ਅਫਸਰ ਭੇਜੇ ਵੀ ਫੂਡ ਸਪਲਾਈ ਵੀ ਜਿਹੜੇ ਵੀ ਸੈਂਪਲ ਭੇਜਣ, ਇਹਨਾਂ ਨੇ ਸਾਫ਼ ਪਾਣੀ ਦੇ ਸੈਂਪਲ ਲਏ ਆ, ਇਹਨਾਂ ਨੇ ਉਹਦੇ ਸੈਂਪਲ ਨਹੀਂ ਲਏ ਜਿਹਦੇ 'ਚ ਇਹਨਾਂ ਨੇ ਰੂੜੀ ਦੀ ਖਾਦ ਪਾਈ ਸੀ। ਅਤੇ ਹੁਣ ਇਹਨਾਂ ਦਾ ਤਾਂ ਆਹੀ ਹੈ ਮਸਲਾ, ਵੀ ਕਹਿਣ ਦਾ ਮਤਲਬ ਇਹੀ ਵੀ ਖਿਆਲ ਹੈ ਵੀ ਇਹਨਾਂ ਦੀ ਤਾਂ ਰਿਪੋਰਟ ਸਹੀ ਆਉਣੀ ਹੈ। ਦੂਸਰੇ ਪਿੰਡ ਤੋਂ ਪਾਣੀ ਲਿਆ ਲਿਆ ਕੇ ਪੀ ਰਹੇ ਨੇ, ਤੇ ਦੂਸਰੇ ਪਿੰਡ ਵਾਲੇ ਵੀ ਪਾਣੀ ਦੇਣ ਤੋਂ ਮਨਾ ਕਰ ਰਹੇ ਨੇ, ਉਹਨਾਂ ਕੋਲ ਵੀ ਪਾਣੀ ਹੈ ਨੀ ਕਿਉਂਕਿ ਨਹਿਰ ਬੰਦ ਕਰਤੀ ਇਹਨਾਂ ਨੇ। ਕੀ ਨਾਮ ਆ, ਕਿਹੜਾ ਪਿੰਡ ਹੈ? ਮੈਂ ਨੰਬਰਦਾਰ ਸ਼ਰਨਜੀਤ ਸਿੰਘ, ਪਿੰਡ ਠਸਕਾ। ਕੀ ਮਾਮਲਾ ਜਿਹੜਾ ਅੱਜ ਤੁਸੀਂ ਖਨੌਰੀ ਥਾਣੇ ਦੇ ਬਾਹਰ ਧਰਨਾ ਲਗਾਇਆ? ਇਹ ਮਾਮਲਾ ਜੀ ਪਾਣੀ ਵਿੱਚ ਗੋਬਰ ਪਾਏ ਜਾਣ ਕਾਰਨ ਹੈ ਜੀ, ਅਤੇ ਇਹ ਹੈਗੀ ਗੱਲ 26 ਤਰੀਕ ਦੀ ਗੱਲ ਹੈ ਜੀ। ਸਾਡੇ ਇੱਕ ਵਾਟਰ ਵਰਕਸ ਦਾ ਬੋਰ ਕੀਤਾ ਜਾ ਰਿਹਾ ਹੈ, ਅਤੇ ਉਹਦੇ ਵਿੱਚ ਇਹਨਾਂ ਨੇ 5-6 ਟਰਾਲੀਆਂ ਲੱਗਦੇ ਲਗਭਗ ਗੋਬਰ ਗੋਹਾ ਪਾਇਆ ਗਿਆ, ਜੋ ਕਿ ਨਾਲ ਲੱਗਦੇ ਬੋਰਵੈਲ ਵਿੱਚ ਹੋ ਕੇ ਸਾਡੇ ਪਿੰਡਾਂ ਵਿੱਚ, ਪਿੰਡ ਦੀਆਂ ਟੈਂਕੀਆਂ ਵਿੱਚ ਪਹੁੰਚ ਗਿਆ, ਜਿਸ ਕਾਰਨ ਸਾਡੇ ਬਹੁਤ ਹੀ ਨੌਜਵਾਨ ਜਿਨ੍ਹਾਂ ਦੇ ਉਲਟੀ ਦਸਤ ਦਾ ਸਾਹਮਣਾ ਕਰਨਾ ਪਿਆ, ਅਤੇ ਹੋਰ ਵੀ ਜਿਵੇਂ ਟੈਂਕੀਆਂ ਵਿੱਚ। ਕੀ ਨਾਮ ਹੈ, ਕਿਹੜਾ ਪਿੰਡ? ਜਸਵੰਤ ਸਿੰਘ ਜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹ, ਜਨਰਲ ਸੈਕਟਰੀ ਠਸਕਾ। ਕੀ ਗੱਲਬਾਤ ਹੈ ਜਿਹੜਾ ਅੱਜ ਖਨੌਰੀ ਥਾਣੇ ਦੇ ਬਾਹਰ ਧਰਨਾ ਲੱਗ ਕੇ ਤੁਹਾਡੀ ਯੂਨੀਅਨ ਵੱਲੋਂ ਲਗਾਇਆ ਗਿਆ? ਇਹ ਇੱਥੇ ਨਾ ਜੋ ਸਾਡੇ ਪਿੰਡ ਵਾਟਰ ਸਪਲਾਈ ਦਾ ਨਵਾਂ ਬੋਰਵੈਲ ਲੱਗ ਰਿਹਾ ਸੀ, ਉਸਦੇ ਉਹਨਾਂ ਦੇ ਕਰਨ ਦੇ ਵਿੱਚ ਤਕਨੀਕੀ ਦਿੱਕਤ ਆਈ ਹੈ ਕੋਈ, ਉਹ ਤਕਨੀਕੀ ਦਿੱਕਤ ਆਉਣ ਕਰਕੇ ਇਹਨਾਂ ਨੇ ਗੋਹਾ ਪਾ ਕੇ ਘੱਟੋ ਘੱਟ 8-7 ਟਰਾਲੀਆਂ ਪਾ ਕੇ ਗੋਹੇ ਦੀਆਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕਿਆ। ਜੋ ਸਾਡਾ ਪਿੰਡ ਪੰਚਾਇਤ ਵੱਲੋਂ ਬੋਰ ਦਿੱਤਾ ਗਿਆ ਵਾਟਰ ਵਰਕਸ ਮਹਿਕਮੇ ਨੂੰ ਪਿੰਡ ਦੀ ਸਪਲਾਈ ਵਾਸਤੇ, ਅਸੀਂ ਆਪ ਲਾ ਕੇ ਦਿੱਤਾ ਸੀ, ਉਹਦਾ ਥੱਲੋਂ ਪੱਤਣ ਇੱਕ ਹੋਣ ਕਰਕੇ, ਜਿਹੜੀ ਪੱਤਣ 'ਤੇ ਨਵਾਂ ਬੋਰ ਲਾਇਆ ਸੀ ਉਹੀ ਪੱਤਣ ਪਹਿਲਾਂ ਵਾਲੇ ਬੋਰ ਦੀ ਹੈ, ਪੱਤਣ ਇੱਕ ਹੋਣ ਕਰਕੇ ਸਾਰਾ ਪਿੰਡ ਦੀਆਂ ਟੈਂਕੀਆਂ ਦੇ ਵਿੱਚ ਦੂਸ਼ਿਤ ਪਾਣੀ ਚਲਾ ਗਿਆ, ਇੰਨਾ ਪ੍ਰਭਾਵਿਤ ਹੋ ਰਿਹਾ ਪਿੰਡ। 5 ਦਿਨ ਤਾਂ ਪਹਿਲਾਂ ਪੁਲ ਬਣਨ ਕਰਕੇ ਪਾਈਪਲਾਈਨ ਟੁੱਟ ਗਈ ਸੀ, ਪਾਣੀ ਪਹਿਲਾਂ ਨਹੀਂ ਆਇਆ, ਹਫ਼ਤੇ ਰੁੱਤੇ ਅੱਜ ਹੋ ਗਿਆ, 12-13 ਦਿਨ ਹੋ ਗਏ ਜੀ ਪਿੰਡ 'ਚ ਪਾਣੀ ਕੋਈ, ਬਹੁਤ ਬੁਰਾ ਹਾਲ ਹੈ। ਪਰ ਮਹਿਕਮੇ ਨੂੰ ਅਸੀਂ ਐਕਸ਼ਨ ਸਾਹਿਬ ਆਏ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਸਾਰੀ ਵੀ ਆਹ ਗੱਲ ਹੋਈ ਹੈ, ਉਹ ਕਹਿੰਦੇ ਵੀ ਜਿਹਨੇ ਕਰਿਆ ਉਹ 'ਤੇ ਬਣਦੀ ਕਾਰਵਾਈ ਕਰਾਂਗੇ, ਸਾਨੂੰ 24 ਘੰਟਾ ਟਾਈਮ ਦੇ ਦਿਓ। 24 ਕੀ ਤਾਂ ਕਈ 24 ਘੰਟੇ ਬੀਤ ਗਏ, ਕੋਈ ਕਾਰਵਾਈ ਨਹੀਂ ਕਰੀ। ਫਿਰ ਉਸ ਤੋਂ ਬਾਅਦ ਅਸੀਂ ਪਿੰਡ ਵੱਲੋਂ ਜੋ ਕਮੇਟੀ ਬਣਾਈ ਗਈ ਹੈ, ਜਲ ਸੁਧਾਰ ਕਮੇਟੀ, ਦਰਖਾਸਤ ਦੇ ਕੇ ਗਏ ਸੀ ਮੌਕੇ 'ਤੇ DSP ਸਾਹਿਬ ਮੋਨਕਵੀ ਦੇ, ਇੱਥੇ ਉਹਨਾਂ ਨੂੰ ਸਪੁਰਦ ਕਰੀ ਹੈ, ਪਰ ਹਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਸੇ 'ਤੇ ਵੀ ਬਣਦੀ। ਅਗਲੀ ਰੂਪ ਰੇਖਾ ਕੀ ਰਹੂਗੀ ਪਿੰਡ ਵਾਸੀ? ਅਗਲੀ ਸਾਡਾ ਜੋ ਪਹਿਲਾਂ ਵਾਲਾ ਫੈਸਲਾ 2 ਦਿਨ ਸਾਡੇ ਪਿੰਡ ਦੇ ਹੱਥ 'ਚ ਰਿਹਾ, ਉਸ ਤੋਂ ਬਾਅਦ ਸਾਡਾ ਜੋ ਰੂਪ ਰੇਖਾ ਦੀ ਸਾਰੀ ਬਲਾਕ ਨੂੰ ਸੌਂਪਤੀ, ਹੁਣ ਅੱਗੇ ਬਲਾਕ ਦੀ ਅਗਲੀ ਕਾਰਵਾਈ ਹੈ, ਜੋ ਸਾਨੂੰ ਸੇਧ ਦੇਣਗੇ ਉਸੇ ਸੇਧ 'ਤੇ ਚੱਲਾਂਗੇ ਜੀ।
ਕੀ ਨਾਮ ਹੈ ਜਿਹੜਾ ਅੱਜ ਆਪਾਂ ਥਾਣੇ ਅੱਗੇ ਧਰਨਾ ਲਾਇਆ, ਕੀ ਗੱਲਬਾਤ ਹੈ? ਮੇਰਾ ਨਾਮ ਰਿੰਕੂ ਮੁਣਕ, ਬਲਾਕ ਮੁਣਕ ਦਾ ਮੈਂ ਜਨਰਲ ਸਕੱਤਰ ਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਹਾਂ। ਇਹ ਜਿਹੜਾ ਅਸੀਂ ਧਰਨਾ ਲਾਇਆ ਹੋਇਆ 26 ਤਰੀਕ ਨੂੰ, 26 ਤਰੀਕ ਦੀ ਰਾਤ ਨੂੰ, ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਯਾਨੀ ਕਿ ਪਾਣੀ ਦੂਸ਼ਿਤ ਪਾਣੀ ਆਇਆ, ਗੋਹੇ ਵਾਲਾ ਪਾਣੀ, ਉਹਨਾਂ ਨੇ ਦੇਖਿਆ ਵੀ ਇਹ ਪਾਣੀ ਕਿੱਥੋਂ ਆਇਆ। ਜਦੋਂ ਵਾਟਰ ਵਰਕਸ ਦੇ ਵਿੱਚ ਗਏ ਤਾਂ ਉਹਦੇ ਨਾਲ ਲੱਗਦਾ ਇੱਕ ਹੋਰ ਮਹਿਕਮੇ ਵੱਲੋਂ ਬੋਰ ਕਰਵਾਇਆ ਜਾ ਰਿਹਾ ਸੀ, ਜਿਹਦੀ ਲੋੜ ਨਹੀਂ ਸੀ ਕਿਉਂਕਿ ਉੱਥੇ ਪ੍ਰੋਪਰ ਬੋਰ ਚੱਲ ਰਿਹਾ ਸੀ। ਉਨੀ ਹੀ ਤੱਗੀ 'ਤੇ ਜੇ ਲੋਕਾਂ ਨੇ ਸਵਾਲ ਕੀਤੇ ਵੀ ਤੁਸੀਂ ਬੋਰ ਕਰਨਾ ਹੀ ਹੈ ਤਾਂ ਡੂੰਘਾ ਕਰ ਲਓ, ਇਹ ਤਾਂ ਬੋਰ ਇਸ ਨਾਲ ਤਾਂ ਸਾਡੇ ਹੈ ਹੀ ਗਿਆ। ਕਹਿੰਦਾ ਨਹੀਂ ਜੀ, ਅਸੀਂ ਮਹਿਕਮੇ ਵੱਲੋਂ, ਸਾਨੂੰ ਸਰਕਾਰ ਵੱਲੋਂ ਹੁਕਮ ਹੈ, ਅਸੀਂ ਕਰਨਾ। ਉਹਨਾਂ ਨੇ ਬੋਰ ਕਰਤਾ, ਚਲੋ ਉਸ ਤੋਂ ਬਾਅਦ 2 ਗੋਹੇ ਦੀਆਂ ਟਰਾਲੀਆਂ ਉਹਨਾਂ ਨੇ ਉਹਦੇ ਵਿੱਚ ਸੁੱਟਤੀਆਂ ਜਿਹੜੀਆਂ ਨਾਲ ਵਾਲੇ ਬੋਰ ਨੇ, ਕਿਉਂਕਿ ਕੈਪਟੀ ਉਹਨਾਂ ਦੀ ਇੱਕ ਹੋ ਗਈ, 1.5 ਕਿੱਲੇ ਦੇ ਯਾਨੀ ਕਿ ਵਾਕਫੇ ਨਾਲ ਉਹ ਬੋਰ ਲੱਗ ਰਿਹਾ ਸੀ। ਉਹ ਸਾਰਾ ਗੋਬਰ ਯਾਨੀ ਕਿ ਦੂਜੇ ਬੋਰ ਨੇ ਖਿੱਚ ਲਿਆ, ਜਿਹੜਾ ਪਾਈਪਾਂ ਜਿਹੜੀਆਂ ਪਾਣੀ ਦੀ ਸਪਲਾਈ ਕਰਦੀਆਂ ਨੇ ਉਹਨਾਂ ਰਾਹੀਂ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਰਾਹੀਂ ਪਾਣੀ ਉੱਥੇ ਪਹੁੰਚ ਗਿਆ ਅਤੇ ਲੋਕਾਂ ਨੇ ਉੱਥੇ ਜਾ ਕੇ ਉਹਦਾ ਵਿਰੋਧ ਕਰਿਆ, ਉੱਥੇ ਯਾਨੀ ਕਿ ਜਿਹੜੀ ਉਹ ਮਸ਼ੀਨ ਉਹਦਾ ਘਿਓ ਵੀ ਕੀਤਾ। ਅਗਲੇ ਦਿਨ ਉੱਥੇ SDO ਐਕਸ਼ਨ ਸਾਹਿਬ ਆਏ, ਉਹਨਾਂ ਨੇ ਗੱਲ ਮੰਨੀ ਹੈ ਵੀ ਹਾਂ ਇਹ ਗਲਤ ਕੀਤਾ, ਗੋਬਰ ਨਹੀਂ ਪਾਉਣਾ ਚਾਹੀਦਾ ਸੀ। ਅਤੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਰਵਾਈ ਕਰੋ, ਉਹ ਕਹਿੰਦੇ ਸਿਹਤ ਵਿਭਾਗ ਦੀ ਟੀਮ ਆਊਗੀ, ਸੈਂਪਲ ਭਰ ਕੇ ਲੈ ਕੇ ਜਾਊਗੀ, ਜਦੋਂ ਉਹਨਾਂ ਦੀ ਰਿਪੋਰਟ ਆਊਗੀ ਉਹਦੇ ਆਧਾਰ 'ਤੇ ਅਸੀਂ ਕਾਰਵਾਈ ਕਰਾਂਗੇ। ਪਿੰਡ ਵਾਲਿਆਂ ਨੇ ਕਿਹਾ ਵੀ ਰਿਪੋਰਟ ਜਿਹੜੀ ਆਊਗੀ ਨਾ ਆਊਗੀ, ਤੁਸੀਂ ਇਹ ਦੱਸੋ ਸਾਹਿਬ ਵੀ ਤੁਸੀਂ ਇਹ ਗੋਬਰ ਪਾਉਣਾ ਠੀਕ ਮੰਨਦੇ ਹੋ? ਕਹਿੰਦੇ ਇਹ ਗਲਤ ਹੈ, ਬਿਲਕੁਲ ਨਹੀਂ ਪਾਉਣਾ ਚਾਹੀਦਾ ਸੀ। ਜਦੋਂ ਅਸੀਂ ਆਪਣੀ ਜਥੇਬੰਦੀ ਵੱਲੋਂ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਤਾਂ ਐਕਸ਼ਨ ਸਾਹਿਬ ਨੇ ਕਿਹਾ ਵੀ ਅਸੀਂ ਕੰਪਨੀ ਦੇ ਖਿਲਾਫ਼ ਐਪਲੀਕੇਸ਼ਨ ਦੇ ਚੁੱਕੇ ਹਾਂ, ਰਿਪੋਰਟ ਆਉਣ ਤੋਂ ਬਾਅਦ ਹੀ ਅਸੀਂ ਕਾਰਵਾਈ ਕਰ ਸਕਦੇ ਹਾਂ। ਪਰ 72 ਘੰਟੇ 'ਚ ਜਾਣ ਕੇ ਉਹ 72 ਘੰਟੇ ਕਹਿੰਦੇ ਸੀ, 5 ਦਿਨ ਟੱਪ ਗਏ ਅੱਜ, 5 ਦਿਨਾਂ ਤੱਕ ਕੋਈ ਰਿਪੋਰਟ ਨਹੀਂ ਆਈ ਹੈਗੀ। ਤਾਂ ਪਿੰਡ ਵਾਲਿਆਂ ਨੇ 2 ਟਰਾਲੀਆਂ ਭਰ ਕੇ ਇੱਥੇ ਥਾਣੇ 'ਚ ਆ ਕੇ ਰਾਬਤ ਲਿਖਵਾ ਕੇ ਗਏ, SHO ਸਾਹਿਬ ਵੀ ਇੱਥੇ ਸੀ, DSP ਸਾਹਿਬ ਵੀ ਇੱਥੇ ਮੌਜੂਦ ਸੀ। ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਛੇਤੀ ਦੋਸ਼ੀਆਂ 'ਤੇ ਕਾਰਵਾਈ ਕਰਾਂਗੇ, ਪਰ ਕੋਈ ਕਾਰਵਾਈ ਨਾ ਕਰੀ। ਲਗਾਤਾਰ 26 ਤਰੀਕ ਤੋਂ ਮੋਰਚਾ ਲਾ ਕੇ ਬੈਠੇ ਹਾਂ, ਇਸ ਰੋਸ ਵਜੋਂ ਸਾਨੂੰ ਅੱਜ ਥਾਣੇ ਅੱਗੇ ਆਉਣਾ ਪਿਆ। ਅੱਜ ਸਾਡਾ 1 ਦਿਨ ਦਾ ਸੰਕੇਤਕ ਧਰਨਾ 3 ਵਜੇ ਤੱਕ, ਠੱਸ ਕੇ ਸਾਡਾ ਵਾਟਰ ਬਾਕਸ ਦੇ ਵਿੱਚ ਪੱਕਾ ਮੋਰਚਾ ਚੱਲ ਰਿਹਾ ਲਗਾਤਾਰ। ਪਰ ਪ੍ਰਸ਼ਾਸਨ ਇਹ ਨਾ ਸਮਝੇ ਕਿ ਅਸੀਂ ਅੱਜ ਮਤਲਬ ਕਿ 1 ਦਿਨ ਦਾ ਧਰਨਾ ਲਾ ਕੇ ਅਸੀਂ ਚਲੇ ਜਾਵਾਂਗੇ। ਅੱਜ ਸੰਕੇਤਕ ਧਰਨਾ ਅਸੀਂ ਯਾਨੀ ਕਿ ਪ੍ਰਸ਼ਾਸਨ ਨੂੰ ਕਹਿਣ ਆਇਆ, ਚੁਕੰਨੇ ਕਰਨ ਆਇਆ ਵੀ ਭਰਾਵੋ ਸਾਡੀ ਗੱਲ ਸੁਣ ਲਓ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਥਾਣੇ ਦਾ ਪੱਕੇ ਤੌਰ 'ਤੇ ਘਰਿਓ ਹੋ ਸਕਦਾ। ਜਿਵੇਂ ਵੀ ਸਾਡੀ ਜਥੇਬੰਦੀ ਵੱਲੋਂ ਉੱਪਰੋਂ ਸਾਨੂੰ ਨਿਰਦੇਸ਼ ਆਊਗਾ, ਉਵੇਂ ਅਸੀਂ ਅੱਗੇ ਅੱਗੇ ਤਿੱਖੇ ਐਕਸ਼ਨ ਦੇਵਾਂਗੇ। ਪਰ ਹਰ ਹਾਲਤ ਦੇ ਵਿੱਚ ਅਸੀਂ ਉਹ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਵਾ ਕੇ ਰਹਾਂਗੇ ਅਤੇ ਪਿੰਡ ਲਈ ਵਧੀਆ ਸ਼ੁੱਧ ਪਾਣੀ ਵੀ ਮੁਹੱਈਆ ਕਰਵਾ ਕੇ ਰਹਾਂਗੇ। ਥਾਣੇ ਅੱਗੇ ਧਰਨਾ ਲਾਉਣ ਦੀ ਕਿਉਂ ਲੋੜ ਪਈ? ਜਦਕਿ ਜਲ ਵਿਭਾਗ ਦਾ ਮਹਿਕਮਾ ਜਾਂ ਸਟੇਡੀਅਮ ਦੇ ਅੰਦਰ ਜਾਣਾ ਚਾਹੀਦਾ ਸੀ ਆਪਾਂ ਨੂੰ। ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ। ਜਲ ਮੈਂ ਅਸੀਂ ਪਹਿਲਾਂ ਐਕਸ਼ਨ ਸਾਹਿਬ ਆਏ, ਐਕਸ਼ਨ ਸਾਹਿਬ ਨੂੰ ਕਿਹਾ ਵੀ ਐਕਸ਼ਨ ਸਾਹਿਬ ਜਿਹੜਾ ਕੋਈ ਕੰਪਨੀ ਬੋਰ ਲਾ ਰਹੀ ਸੀ, ਕਿਉਂਕਿ ਜ਼ਿੰਮੇਵਾਰੀ ਤਾਂ ਜੇਈ ਦੀ ਹੈ ਵੀ ਉਹਦੀ ਦੇਖ ਰੇਖ 'ਚ ਉਹ ਬੋਰ ਲੱਗਣ ਲੱਗ ਰਿਹਾ ਸੀ, ਉਹ ਕਾਰਵਾਈ ਕਰੇ। ਜਦੋਂ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ, ਅਸੀਂ ਐਕਸ਼ਨ ਕੋਲ ਵੀ ਗਏ, SDO ਕੋਲ ਵੀ ਗਏ, 22 ਯਾਨੀ ਕਿ ਸਿੱਧੇ ਵੀ ਮਿਲੇ ਜਾ ਕੇ, ਫੋਨ 'ਤੇ ਵੀ ਗੱਲ ਹੋਈ, ਉਹਨਾਂ ਨੇ ਸਾਡੀ ਗੱਲ ਅਣਸੁਣੀ ਕੀਤੀ, ਤਾਂ ਮਜਬੂਰ ਸਾਨੂੰ ਥਾਣੇ 'ਚ ਆ ਕੇ ਰਾਪਟ ਲਿਖਾਈ। ਜਦੋਂ ਹੁਣ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਨੂੰ ਪੁਲਿਸ ਕੋਲ ਹੀ ਜਾਣਾ ਪਊਗਾ। ਹੁਣ ਜਦੋਂ ਪੁਲਿਸ ਵੀ ਗੱਲ ਨਹੀਂ ਸੁਣ ਰਹੀ ਤਾਂ ਲੋਕ ਕਿਹੜੇ ਪਾਸੇ ਜਾਣ? ਵੀ ਇਸ ਕਰਕੇ ਅਸੀਂ ਥਾਣੇ 'ਚ ਰਾਪਟ ਲਿਖਾਉਣ ਆਏ ਹਾਂ ਪੁਲਿਸ, ਕਿਉਂਕਿ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ ਸੀ, ਤਾਂ ਅਸੀਂ ਥਾਣੇ ਦੇ ਵਿੱਚ ਆਏ ਹਾਂ। SDM ਸਾਹਿਬ ਨਾਲ ਇਹ ਗੱਲ ਕਰ ਸਕਦੇ ਨੇ ਜੇ SDM ਦੇ ਅਧੀਨ ਆਉਂਦਾ ਹੈ, ਕਿਉਂਕਿ ਅਸੀਂ ਵਾਟਰ ਸਪਲਾਈ ਦੇ ਸਾਰੇ ਮਤਲਬ ਕਿ ਮੁਲਾਜ਼ਮਾਂ ਨੂੰ ਮਿਲ ਚੁੱਕੇ ਹਾਂ। ਹੁਣ SDM ਦੇ ਅਧੀਨ ਆਉਂਦਾ ਹੈ, DC ਦੇ ਅਧੀਨ ਆਉਂਦਾ ਹੈ, ਇਹ ਤਾਂ ਪੁਲਿਸ ਕਰ ਸਕਦੀ ਹੈ। ਪੁਲਿਸ ਦੋਸ਼ੀਆਂ 'ਤੇ ਕਾਰਵਾਈ ਕਰੇ ਇੱਕ ਵਾਰੀ, ਉਹ ਤਾਂ ਪੜਤਾਲ ਦੇ ਵਿੱਚ ਜਿਹੜਾ ਕੋਈ ਦੋਸ਼ੀ ਹੈ ਉਹਦੇ 'ਤੇ ਕਾਰਵਾਈ ਹੋ ਜੂਗੀ, ਜਿਹੜਾ ਨਿਰਦੋਸ਼ ਹੈ ਕੋਈ ਉਹ ਬਚ ਜੂਗਾ। ਅਗਲੀ ਰਣਨੀਤੀ ਕੀ ਰਹੂਗੀ? ਅਗਲੀ ਰਣਨੀਤੀ ਸਾਡੀ ਇਹ ਰਹੂਗੀ, ਜੇਕਰ ਅੱਜ ਯਾਨੀ ਕਿ ਸਾਡੀ ਸੁਣਵਾਈ ਇੱਥੇ ਕੋਈ ਨਹੀਂ ਹੁੰਦੀ ਤਾਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 2 ਦਿਨਾਂ ਬਾਅਦ ਕੋਈ ਤਿੱਖਾ ਪ੍ਰੋਗਰਾਮ ਦੇਵਾਂਗੇ। ਹੋ ਸਕਦਾ ਇਹ ਥਾਣੇ ਦਾ ਅਸੀਂ ਮੁਕੰਮਲ ਤੌਰ 'ਤੇ ਘਰਿਓ ਕਰ ਦਈਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਵੋਟਾਂ ਆ ਰਹੀਆਂ ਨੇ
ਅਸੀਂ ਐਮਐਲਏ ਵਰਿੰਦਰ ਗੋਇਲ ਦਾ ਬਲਾਕ ਮੁਣਕ ਦੇ ਅਤੇ ਖਨੌਰੀ ਦੇ ਪਿੰਡਾਂ ਦੇ ਵਿੱਚ ਵੜਨਾ ਦੁੱਭਰ ਕਰ ਦਿਆਂਗੇ, ਕਿਉਂਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਸਾਡੀ ਮੰਗ ਜਾਇਜ਼ ਹੈ ਵੀ ਜਿਹਨੇ ਸਾਡੇ ਪਾਣੀ 'ਚ ਗੋਬਰ ਮਿਲਾਇਆ ਜ਼ਹਿਰ ਮਿਲਾਇਆ ਉਹਨਾਂ 'ਤੇ ਕਾਰਵਾਈ ਹੋਵੇ ਤਾਂ ਸਾਨੂੰ ਸ਼ੁੱਧ ਪਾਣੀ ਮਿਲੇ। ਇਸ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਵੀ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਐਮਐਲਏ ਸਾਹਿਬ ਕੰਧ 'ਤੇ ਲਿਖਿਆ ਪੜ੍ਹੋ, ਇਹ ਨਾ ਹੋਵੇ